Happy Holy, Holy, Holy. Happy Holy, Holy, Holy. Happy Holy, Holy, Holy. ਸਾਡੀ ਹੋਲੀ ਲੇਟ ਹੋ ਗਈ ਹੈ। ਹੋਲੀ ਨੀ ਖੇਲੀ ਸੀ ਉਧਰ ਦੀ, ਤੁਹਾਡੀ ਵੇਟ ਕਰਦੇ ਸੀ। ਭੂਤਨੀ ਆ ਗਈ, ਭੂਤਨੀ ਭੂਤਨੀ ਆ ਗਈ। ਸਾਰਾ ਬਾਥਰੂਮ ਨਾਤਾ ਥਾ ਉਹਨਾਂ ਨੇ ਕੀ ਕਰਦਾ ਤੂੰ? ਗਾਰਦੀ ਨਾ ਹੋਜੂਗਾ ਉੱਤਰੀ ਜਰੀ ਤੁਹਾਡੇ ਨਾਲ ਬਹੁਤ ਥੋੜਾ ਲੱਗਾ ਸੁਕਰਾ। ਅਜੇ ਮੂੰਹ ਧੋ ਕੇ ਆਏ ਸੀ, ਦੂਈ ਵਾਰ ਫੇਰ ਲੱਗ ਗਿਆ। ਉਹ ਇਹਨੇ ਪਾਇਆ, ਇਹਨੇ ਪਾਇਆ ਜਿਹੜੀ ਆ ਗੁਲਾਬ ਜਾਮਣ ਖਾਣ ਲੱਗੀ ਆ। ਸੁੱਖ ਬਹੁਤ ਸੋਹਣੀ ਲੱਗਦੀ ਆ ਬਾਕੀ ਕਰੇ। ਗੁਲਾਬ ਜਾਮਣ ਵੀ ਖਾਈ ਜਾਂਦੀ, ਪਰ ਕਹਿੰਦੀ ਮੂੰਹ 'ਚ ਚਲਾ ਗਿਆ। ਤੁਸੀਂ ਖਾਣੀ? ਨਹੀਂ, ਮੈਂ ਨਹੀਂ ਖਾਣੀ। ਅਮਾ ਤੁਸੀਂ ਖਾਣੀ? ਮੰਮੀ ਅਮਾ ਸ਼ੂਗਰ ਵੱਜ ਜਾਣੀ ਆ। ਆ ਦੇਖ ਲਓ ਹੁਣ ਆਹ ਵਾਲੀ ਕੁੜੀ ਆਪਣੀ ਮਾਂ ਨੂੰ ਫੂਕਾ ਲਈ ਜਾਂਦੀ ਆ ਵੀ ਇਹਨੇ ਰੰਗ ਲਾਇਆ। ਇਹਨੇ ਨਹੀਂ ਲਾਇਆ, ਜਿੰਨਾ ਮੈਂ ਕਸੂਰਵਾਰ ਆ ਉਨਾ ਹੀ ਇਹ ਕਸੂਰਵਾਰ ਆ। ਅਸੀਂ ਦੋਨਾਂ ਨੇ ਲਾਇਆ। ਮੈਨੂੰ ਮੂੰਹ ਨਾ ਸਾਬਣ ਧੋ ਕੇ ਫੇਰ ਠਾ। ਆ ਟੀ-ਸ਼ਰਟ ਤਾਂ ਦੇਖੀ ਹੀ ਲੱਗਦੀ ਆ, ਇਹ ਮੇਰੀ ਆ। ਸ਼ਾਬਾਸ਼ ਮੇਰੀ ਟੀ-ਸ਼ਰਟ। ਉਹ ਤਾਂ ਖਰਾਬ ਕਰੇ ਦਿੱਤੀ, ਸੁੱਖ ਪਹਿਲਾਂ ਹੀ ਖਰਾਬ ਕਰਤੀ ਯਾਰ, ਮਹਿੰਗੀ ਬਹੁਤ ਸੀ ਇਹ। ਆ ਦੇਖੋ ਮਾਂ ਪੁੱਤ ਦੇ ਵਿੱਚ ਪਾਠ ਪਾਉਂਦੀ ਆ, ਕਹਿੰਦੀ ਬੁਲਾਉਣਾ ਨਹੀਂ। ਦੇਖ ਲਓ ਮੇਰੀ ਭੈਣ ਕਿੱਦਾਂ ਦੀ ਆ। ਨਹੀਂ ਚੜਿਆ, ਨਹੀਂ ਚੜਿਆ, ਹਜੇ ਨਹੀਂ ਚੜਿਆ, ਹਜੇ ਨਹੀਂ ਚੜਿਆ। ਚਲੋ ਆਇਓ ਮੇਰੇ ਕਮਰੇ 'ਚ, ਆਇਓ ਆਪਾਂ ਬੁਲਾਉਂਦੇ ਹਾਂ। ਇਹ ਕੱਲ੍ਹ ਨੂੰ ਲਾਉਣਾ, ਕੰਮ ਵਾਲੀ ਰੱਖੀ ਹੋਵੇ।
ਦੇ ਲੈ ਮੇਰੇ ਸਾਰੇ ਕੱਪੜੇ ਲਵੇਟਦੇ ਅਮਾ ਮੇਰੇ ਹੱਥ ਹੁਣ ਰੰਗ ਹੈ ਹੀ ਨਹੀਂ ਆ ਦੇ ਲੈ ਇੱਧਰ ਹੱਥ ਆ ਮੈਂ ਕੋਈ ਸਫਾਈ ਨਹੀਂ ਕਰਦੀਆਂ ਮੈਂ ਲਾ 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 ਫੇ ਲਾ ਤੇ ਜਿਹਮਤ ਹੈ ਜੀ ਲਾ ਲਾ ਮੈਂ ਤੁਹਾਨੂੰ ਦੱਸਾਂ ਬਾਥਰੂਮ ਚ ਨਹੀਂ ਕੀਤਾ ਬਾਥਰੂਮ ਚ ਨਹੀਂ ਕੀਤਾ ਮੈਂ ਨਹੀਂ ਕੀਤਾ ਕੁਝ ਇਹ ਬਾਥਰੂਮ ਬਾਦ ਨਹੀਂ ਬਾਥਰੂਮ ਚ ਆਪਾਂ ਲਾ ਦਿੱਤਾ ਸੀ ਇਹਦੇ ਇਹਨੇ ਬਾਜ ਇਦਾਂ ਇਦਾਂ ਕਰਕੇ ਨਾ ਛਿੱਟੇ ਮਾਰ ਮਾਰ ਕੇ ਥੱਲੇ ਮੈਂ ਤਾਂ ਬਾਥਰੂਮ ਚ ਬੜੀ ਨਹੀਂ ਮੈਂ ਹਾਂ ਹਾਂ ਮੰਮੀ ਨੂੰ ਪੁੱਛ ਲੈ ਨਹੀਂ ਮੰਮੀ ਨੂੰ ਪੁੱਛ ਲੈ ਮੰਮੀ ਅਮਾ ਉਹਨੇ ਕੀਤਾ ਸੀ ਨਾ ਮੈਨੂੰ ਤੈਨੂੰ ਤੇਰਾ ਮੈਨੂੰ ਪਤਾ ਇਦਾਂ ਥੋੜੀ ਕਰੀ ਹੁੰਦਾ ਰੰਗ ਰੋਲੀ ਕਾ ਰੰਗ ਲਾਲ ਪਤਾ ਨਹੀਂ ਕੋਈ ਮੈਨੂੰ ਖਾ ਜਾਣ ਆਪਾਂ ਦਾ ਦਰਦ ਕਰ ਰਿਹਾ ਇਹ ਕਸਰਾ ਛੱਡ ਕਰ ਲਾ ਪਰੋ ਮਾਹੌਲ ਖਰਾਬ ਹੁੰਦਾ ਹੋਇਆ ਆਪਾਂ ਪਹਿਲਾਂ ਹੀ ਆਪਣੇ ਕੁੱਤੀਆਂ ਨੇ ਸਾਰੀਆਂ ਨੇ ਭਰ ਜਾਣਾ ਆਪਾਂ ਪਹਿਲਾਂ ਹੀ ਆਪਣੇ ਕਮਰੇ ਦੇ ਵਿੱਚ ਚੱਲੀਏ ਆ ਜਾ ਉਧਰ ਚੱਲੀਏ ਇੱਥੇ ਕੋਚ ਲੈ ਜਾ ਉਧਰ ਨੂੰ ਸਾਰੀਆਂ ਭਰ ਜਾਣਗੀਆਂ ਲਾ ਆ ਸਤਵੀਰ ਨੇ ਕੀਤਾ ਹੁਣ ਹੁਣ ਸਤਵੀਰ ਨੇ ਕੀਤਾ ਇਹ ਕਿਉਂ ਲਾਉਂਦੀ ਏ ਇਹਨੇ ਕਿਉਂ ਲਾਇਆ ਇਹਨੇ ਕਾਹਦੇ ਫੜਾਇਆ ਤੈਨੂੰ ਜੀ ਲਾ ਕੇ ਦੇਖ ਲੋ ਜੀ ਦੇਖ ਲੋ ਓ ਆ ਤੇਰੀ ਤੇਰੀ ਕੁੰਡਾ ਖੋਲ ਆ ਕੁੰਡਾ ਖੋਲ ਦਿੱਤੀ ਕੁੰਡਾ ਨਹੀਂ ਲੱਗਣਾ ਨਹੀਂ ਲੱਗਣਾ ਨਹੀਂ ਲੱਗਣਾ ਨਹੀਂ ਲੱਗਣਾ ਮੈਂ ਤੇਰੇ ਨਹੀਂ ਲਾਇਆ ਪੁੱਤ ਮੈਂ ਤੇਰੇ ਨਹੀਂ ਲਾਇਆ ਮੰਨ ਲੈ ਮੈਂ ਤੇਰੇ ਨਹੀਂ ਲਾਇਆ ਕੁੰਡਾ ਖੋਲ ਸਤੀ ਕੁੰਡਾ ਲਾ ਦੇ ਲਾ ਦੇ ਲਾ ਦੇ ਸਤੀ ਤੇਰਾ ਹੱਥ ਆ ਜਾਣਾ ਵਿੱਚ ਹੱਥ ਆ ਜਾਣਾ ਨਾ ਕਰ ਮੈਂ ਨਹੀਂ ਲਾਇਆ ਸਿਮਰਨ ਤੇਰੇ ਹੱਥ ਕੱਢ ਲੈ ਮੈਂ ਨਹੀਂ ਲਾਇਆ ਪੁੱਤ ਤੇਰੇ ਕੱਢ ਲੈ ਹੱਥ ਦਿਖਾਈ ਹੱਥ ਦਿਖਾਈ ਦਿਖਾਈ ਹੱਥ ਦੁਪਹਿਰ ਦੇ 4:30 ਹੋ ਗਏ ਆ ਅਤੇ ਮੈਂ ਸੁੱਤੇ ਪਿਆ ਅਤੇ ਸਾਰਿਆਂ ਦੇ ਹੋਲੀ ਵਾਲਾ ਹੰਗਾਮਾ ਛੇੜ ਦਿੱਤਾ ਆ ਮੈਂ ਤਾਂ ਸਿਰਫ ਹੋਇਆ ਸੁੱਖ ਦੇ ਲਾਇਆ ਸੀ ਆਪਣੀ ਭੈਣ ਦੇ ਮੰਮੀ ਬਾਅਦ ਵਿੱਚ ਆਏ ਆ ਅਤੇ ਬਾਅਦ ਵਿੱਚ ਮੰਮੀ ਦੇ ਲੱਗ ਗਿਆ ਥੋੜ੍ਹਾ ਥੋੜ੍ਹਾ ਅਤੇ ਹੁਣ ਇਹਨਾਂ ਨੇ ਕੰਮ ਵਧਾ ਲਿਆ ਮੰਮੀ ਖਿਜਣ ਵੀ ਲੱਗ ਪਏ ਤੁਸੀਂ ਦੇਖ ਲਿਆ ਵਿੱਚ ਮੰਮੀ ਖਿਜੇ ਵੀ ਪਰ ਉਹ ਤਾਂ ਹੱਸਦੇ ਹੀ ਆ ਖਿਜੇ ਇੱਦਾਂ ਨਹੀਂ ਅੰਦਰੋਂ ਨਹੀਂ ਖਿਜੇ ਮਨ ਤੋਂ ਤਨ ਤੋਂ ਹੀ ਖਿਜੇ ਅਤੇ ਹੁਣ ਉਹ ਨਹਾਉਣ ਲੱਗੀ ਆ ਮੈਂ ਬਚ ਗਿਆ ਮੇਰੇ ਸਿਰਫ ਹੱਥਾਂ 'ਤੇ ਆ ਔਰ ਇਹ ਹੱਥ ਸੋਰੀ ਔਰ ਇਹ ਜਿਹੜਾ ਰੰਗ ਆ ਨਾ ਇਹ ਪੱਕਾ ਆ ਮੈਂ ਹੱਥ ਧੋ ਕੇ ਆਇਆ ਤੁਸੀਂ ਦੇਖ ਲਓ ਲਾਓ ਲਾਓ ਮਾਮੀ ਜੀ ਵੀ ਲਾਓ ਮੈਂ ਨਹੀਂ ਕੁਛ ਵੀ ਕੀਤਾ ਤੂੰ ਹੀ ਸ਼ੁਰੂ ਕੀਤਾ ਸੀ ਤੂੰ ਹੀ ਸ਼ੁਰੂ ਕੀਤਾ ਸੀ ਨਹੀਂ ਇਹ ਮੇਰੀ ਗੱਲ ਸੁਣ ਸਕੀਮ ਤੂੰ ਦਿੱਤੀ ਸੀ ਸਕੀਮ ਇਹਨੇ ਦਿੱਤੀ ਸੀ ਸਕੀਮ ਹਾਂ ਇਹਨੇ ਕੀਤੀ ਸੀ ਇਹਨੇ ਗੁਰਨੂਰ ਮੇਰੀ ਗੱਲ ਸੁਣ ਗੁਰਨੂਰ ਮੇਰਾ ਪੁੱਤ ਨੀ ਇਹਨੇ ਸਕੀਮ ਦਿੱਤੀ ਸੀ ਕਹਿੰਦੀ ਮੰਮੀ ਸੁੱਤੇ ਹੋ ਹੁਣੇ ਰੰਗ ਪਾ ਦਿਓ ਖਾ ਖਾ ਏ ਝੂਠ ਕਿ ਨਹੀਂ ਤੈ ਨਹੀਂ ਮੈਨੂੰ ਕਿਹਾ ਕਿ ਬਈ ਮੰਮੀ ਸੁੱਤੇ ਹੋ ਫਟਾਫਟ ਉਹਨੂੰ ਰੰਗ ਪਾ ਦਈਏ ਆਪਾਂ ਜਾ ਕੇ ਦੇ ਲਓ ਸੇਂਕ ਵੀ ਲਵੇੜਤਾ ਕੰਧ ਵੀ ਲਵੇੜਤੀ ਥੱਲੇ ਫਰਸ਼ ਹੌਲੀ ਛਿੱਟੇ ਨਹੀਂ ਨਹੀਂ ਹੁਣ ਦੇਖਿਆ ਮੈਂ ਯਾਰ ਤੂੰ ਕੀ ਨਾਮ ਸਿਮਰਨ ਤੂੰ ਇਹ ਕੰਮ ਕਰਦਾ ਤੇਰਾ ਬਹੁਤ ਹੁਣ ਖੇਡ ਲਓ ਬਾਹਰ ਜਾ ਕੇ ਨਹੀਂ ਮੈਂ ਹੁਣ ਖੇਡ ਤਾਂ ਲਈ ਕਮਰੇ ਦਾ ਹਾਲ ਦੇਖੋ ਆ ਸਤਵੀਰ ਨੇ ਕੀਤਾ ਜਿਹੜੀ ਇਹ ਸਭ ਦੇ ਲਾਂਦੀ ਫਿਰਦੀ ਸੀ ਇਹਨੇ ਨਹੀਂ ਸੀ ਲਾਣਾ ਆ ਲੈ ਖੁਸ਼ੀ ਆ ਤੇਰਾ ਹੈਲੋ ਐਕਸਕਿਊਜ਼ ਮੀ ਤੁਸੀਂ ਨਾਰਾਜ਼ ਹੋ ਗਏ ਜੀ ਮੇਰੇ ਤੋਂ ਮੈਂ ਨਵੀਂ ਲੈ ਕੇ ਦਊਂਗਾ ਤੈਨੂੰ ਨਵੀਂ ਲੈ ਕੇ ਦਊਂਗਾ ਕਿੰਨੀ ਸੋਹਣੀ ਲੱਗਦੀ ਹੈ
ਤੂੰ ਮੈਨੂੰ ਨਾਰਾਜ਼ ਹੋ ਗਈ, ਤੂੰ ਮੈਨੂੰ ਬੁਲਾਉਂਗੀ ਨਹੀਂ, ਤੂੰ ਮੈਨੂੰ ਬੁਲਾਉਂਗੀ ਨਹੀਂ ਯਾਰ। ਫਿਰ ਕੀ ਹੋ ਗਿਆ, ਰੋਜ਼ ਰੋਜ਼ ਥੋੜਾ ਹੋਲੀ ਖੇਡੀ ਜਾਣੀ ਆ। ਪਤਾ ਮੈਨੂੰ ਨਿਆਣਿਆਂ ਨੇ ਕਿੰਨੇ ਦਿਨਾਂ ਦਾ ਕਿਹਾ ਸੀ ਮਾਮਾ ਜੀ ਹੋਲੀ ਖੇਡ ਲੋ ਕਿਹਾ ਸੀ ਨਾ, ਫਿਰ ਤੂੰ ਆਪਣੇ ਤੇ ਜਿੰਨੀਆਂ ਗਾਲਾਂ ਦਾ ਮੈਂ ਉਹ ਯੋਗਦਾਨ ਲਿਆ ਆਪਣੇ ਉੱਤੇ, ਤੂੰ ਵੀ ਲੈ ਕਹਿ ਮੰਮੀ। ਹਾਂ ਇਹੀ ਮੈਨੂੰ ਕਹਿੰਦੇ ਸੀ ਮੰਮੀ ਨੂੰ ਏਦਾਂ ਲਪੇੜਾਂਗੇ, ਮੰਮੀ ਨੂੰ ਏਦਾਂ ਲਪੇੜਾਂਗੇ। ਫਿਰ ਹੋਲੀ ਤਾਂ ਲਿਬੜ ਕੇ ਖੇਲ ਹੋਣੀ ਆ, ਇੰਨੀ ਸੋਹਣੀ ਲੱਗਦੀ ਪਈ ਮੇਰੀ ਭੈਣ ਦੇਖੋ। ਦਿਖਾਈ ਮਾੜਾ ਜਿਹਾ ਬਾਂਬਰੀਆਂ ਜੀ ਦਿਖਾ ਲੱਗਦੀਆਂ, ਦਿਖਾਈ ਦਿਖਾਈ ਖੁਸ਼ੀ ਤੂੰ ਡਰ ਗਿਆ ਸੀ ਪੁੱਤ, ਤੇਰੇ ਨੀ ਲੱਗਾ, ਇਧਰੋਂ ਆ ਵੀ ਡਰ ਕੇ ਬਹਿ ਗਈ ਆ। ਖੇਲੇ ਨਾ ਹੌਲੀ ਹੌਲੀ, ਚਲੋ ਮੰਮੀ ਦਾ ਮੂੰਹ ਵੀ ਚੈੱਕ ਕਰੋ, ਲਾਲੋ ਲਾਲ ਹੈ, ਅਮਰੀਕਾ ਤੋਂ ਆਏ ਆ, ਪਤਾ ਲੱਗਦਾ ਵੀ ਲਾਲ ਲਾਲੀ ਛਾਈ ਪਈ ਮੈਂ ਚਪੇੜ ਮਾਰੀ ਚੁੰਜੀ ਚੁੰਜੀ ਚੁੱਚੀ ਚੁੱਚੀ। ਦੇਖਿਆ ਤੁਹਾਡੇ ਨਾਲ ਹੋਲੀ ਖੇਡਣੀ ਸੀ ਅਸੀਂ। ਲਓ ਜੀ ਤੁਸੀਂ ਦੇਖ ਲਿਆ ਕੁਛ ਮਾਹੌਲ ਗਾਲਾਂ ਵਾਲਾ ਆ ਤੇ ਕੁਛ ਹਾਸੇ ਵਾਲਾ ਆ। ਸਭ ਤੋਂ ਵਧੀਆ ਤਾਂ ਮੰਮੀ ਨੇ ਇੰਜੋਏ ਕੀਤਾ, ਆਹ ਚਾਦਰ ਉੱਤੇ ਵੀ ਹੈ ਨਾ ਥੋੜਾ ਜਿਹਾ ਰੰਗ ਡੁੱਲ ਗਿਆ ਤੇ ਉਹ ਹੁਣ ਧੋਊਗੀ ਅੰਦਰ, ਜਿਹੜਾ ਮੈਂ ਕੰਮ ਵਾਲਾ ਰੱਖਿਆ ਕੱਤੋ ਵਾਲੀ ਆ ਮੇਰੇ ਕੋਲ ਕੱਤੋ ਵਾਲੀ ਧੋਊਗਾ, ਰੰਗ ਲਿਆ ਹੋਰ ਮੈਂ ਥੱਪੜ ਮਾਰੂੰਗੀ ਹੋਰ ਰੰਗ ਲਿਆ ਵਾ ਫਿਰ ਲਿਆਈ ਮਾੜਾ ਜਿਹਾ ਹੋਰ ਮੰਮੀ ਨੇ ਟਿੱਕਾ ਲਾਉਣਾ ਮੈਂ ਬਾਹਰ ਜਾਣਾ ਹੁੰਦਾ ਪਤਾ ਨਾ ਤੈਨੂੰ, ਆਪਸ ਚ ਖੇਲੀ ਚਲੋ ਮੈਂ ਨੀ ਲਾਇਆ ਬਾਈ ਮੈਂ ਲਾਇਆ ਨੀ ਜਦ ਮੈਨੂੰ ਹਰ ਕੋਈ ਬੰਦਾ ਮੇਰੇ ਦੁਆਲੇ ਨਹੀਂ ਮੈਂ ਲਾਇਆ ਨੀ ਜਦ ਨਹੀਂ ਤੂੰ ਮਾਮੀ ਨਾਲ ਖੇਲ ਲੈ ਮੈਂ ਕਿਤੇ ਜਾਣਾ ਕੱਲ ਨੂੰ ਮੈਂ ਕਿਤੇ ਨਾ ਜ਼ਰੂਰੀ ਜਾਣਾ ਮੈਂ ਤਾਂ ਨਹੀਂ ਖੇਲਦਾ ਮੈਂ ਕਾਹਨੂੰ ਜਾਣਾ ਕਿਤੇ ਮੈਂ ਜ਼ਰੂਰੀ ਫਿਰ ਚੰਗਾ ਨਹੀਂ ਲੱਗਦਾ ਹੈਗਾ ਜਾ ਹਾਂ ਸੁੱਖ ਨੇ ਵੀ ਧੋਤਾ ਸੀ ਬਈ ਅਮਾ ਟਿੱਕਾ ਲਵਾ ਲਓ ਇੱਕ ਤਾਂ ਇੱਕ ਚਪੇੜ ਜਿਹੜੀ ਆ ਉਹ ਵੱਟ ਕੇ ਤਿਆਰ ਹੈ ਜੀ ਲਾ ਲਓ ਮੈਂ ਸੱਚੀ ਮਾਰ ਦੇਣੀ ਆ ਇੱਕ ਇੱਕ ਲਾ ਲਓ ਯਾਰ ਲੈ ਸਾਰੇ ਮੇਰੇ ਕੇ ਦਾ ਹੱਥ ਉਤਲ ਬੇੜਿਓ ਫੇ ਮੈਂ ਤਾਂ ਹੁਣ ਲੱਗ ਗਈ ਮੈਂ ਨਹੀਂ ਪਰ ਆ ਜਾ ਇੱਕ ਟਿੱਕਾ ਲਾ ਲਓ ਮੈਨੂੰ ਸਾਹ ਚੜਦਾ ਇੱਕ ਲਾ ਲਓ ਲੈਣਾ ਨਹੀਂ ਲਾਉਣਾ ਮੰਨਦੇ ਨਹੀਂ ਬਈ ਹੈ ਹੀ ਨਹੀਂ ਉਹ ਡਰਾਉਂਦਾ ਵੇ ਹੱਥ ਨੂੰ ਲੱਗਾ ਹੀ ਨਹੀਂ ਰੰਗ
ਕਿੰਨੀ ਦੇਰ ਇੱਦਾਂ ਪਏ ਰਹੂੰਗੇ? ਲਿਆ ਮੈਂ ਫੇਰ ਦਿੰਦਾ ਯਾਰ, ਕਿਹੜੀਆਂ ਗੱਲਾਂ ਕਿਉਂ ਕਰ ਲਾ ਯਾਰ? ਕਿਹੜਾ ਹੁਣ ਪੋਚਾ ਮਾਰਾ? ਹਾਂਜੀ ਖੇਲਣ ਨੂੰ ਵੀ ਤਾਂ ਤੂੰ ਹੀ ਕਹਿੰਦੀ ਸੀ, ਹੁਣ ਫੇਰ ਤੂੰ ਉਦਣ ਵੀ ਕਹਿੰਦੀ ਸੀ ਮੈਂ ਕੋਈ ਨੀ ਮਾਮਾ ਜੀ ਮੈਂ ਸਾਫ ਕਰ ਲੂੰਗੀ। ਆ ਦੇਖ ਲੋ ਆਪ ਬੈਠ ਗਈ ਤੇ ਪੋਚਾ ਲਾਣ ਉਹਨੇ ਵੀ ਮਾਰਿਆ। ਮੈਂ ਹੀ ਕਿਹਾ, ਮੈਂ ਕਿਹਾ ਮੈਂ ਵੀ ਵਿੱਚ ਉਨਾ ਹੀ, ਮੇਰਾ ਵੀ ਉਨਾ ਹੀ ਯੋਗਦਾਨ ਆ ਵੀ ਮੈਂ ਵੀ ਫੇਰੂੰਗਾ। ਮੇਰੇ ਨਾਲ ਨਾ ਰਹੀ ਬਸ, ਮੇਰੇ ਨਾਲ ਨਾ ਰਹੀ ਬਸ। ਮੰਮੀ ਦਾ ਮੂੰਹ ਦੇਖਦੇ ਕਿੱਦਾਂ ਬਿਲਨ ਜੇ ਇਹ ਤਾਂ ਉੱਤੋਂ ਜੂ ਭਲਾ ਮੰਮੀ ਦਾ ਮੂੰਹ ਦੇਖ ਲਾ, ਮੁੱਛਾ ਤੇ ਵੀ ਲੱਗ ਗਿਆ, ਮੁੱਛਾ ਸਾਫ ਕਰ ਮੁੱਛਾ। ਅੱਜ ਦਾ ਵਲੌਗ ਵਧੀਆ ਬਣਿਆ ਬਈ, ਮਜ਼ਾ ਆ ਗਿਆ। ਬਾਕੀ ਗਾਲਾਂ ਜਿਹੜੀਆਂ ਨਹੀਂ, ਜਿਹੜੀਆਂ ਗਾਲਾਂ ਤੁਹਾਨੂੰ ਸ਼ਾਮ ਤੱਕ ਪੂਰੇ, ਹੁਣ ਖੇਲ ਤਾਂ ਲਈ ਹੈ ਜਿੰਨੀ ਕੁ ਵੀ ਖੇਲੀ ਆਪਾਂ, 5 ਮਿੰਟ ਹੀ ਖੇਲੀ ਆ, ਹੁਣ ਸਾਰਾ ਵਲੌਗ ਹੈ ਨਾ ਇਹਦੇ ਉੱਤੇ ਹੋਊਗਾ, ਸਾਰਾ ਗਾਲਾਂ ਵਾਲਾ ਸਾਰੀਆਂ ਰਿਕਾਰਡ ਕਰਕੇ ਪਾਉਣੀ। ਕੱਪੜੇ ਪਾਏ ਸੀ ਸੋਹਣੇ, ਮੈਂ ਨਾਟ ਕੇ ਗਈ ਗੁੰਦੇ ਕੱਪੜੇ ਵੀ ਪਾ ਕੇ। ਮੰਮੀ ਨੇ ਤਾਂ ਨਵੇਂ ਪਾਏ ਆ, ਮੰਮੀ ਨੇ ਜਿਹੜਾ, ਪਰ ਮੰਮੀ ਦਾ ਤਾਂ ਫਾਇਦਾ ਆ ਵੀ ਅਮਰੀਕਾ ਤੋਂ ਆਏ, ਲਾਲੀ ਲਾਲੀ ਐਨ ਗੱਲਾਂ ਦੇ ਉੱਤੇ ਲਾਲੀ ਲਾਲੀ ਹੋ ਗਈ ਆ, ਪਤਾ ਲੱਗਦਾ ਪਿਓ ਇਤਸਾਬ ਤਾਂ ਐਂ ਕਰਨ ਲੱਗੋ ਜਿੰਨਾ ਇੰਨਾ ਬਹੁਤ ਲੈਣਾ ਆ। ਰੁਸੀਓ ਤਾਂ ਨੀ, ਟੀ ਸ਼ਰਟ ਸਤਵੀਰ ਦੀ ਬਾਈ ਉਹ ਲੱਗਦੀ ਹੈ ਯਾਰ, ਉਦਣ ਆਪਣੇ ਕੱਪੜੇ ਲੈ ਕੇ ਆਈ ਹੁਣ ਫੇਰ ਤੂੰ ਸਤਵੀਰ ਦੀ ਟੀ ਸ਼ਰਟ ਪਾ ਲਈ। ਮੈਨੂੰ ਪਤਾ ਆ, ਮੈਨੂੰ ਤੇਰੇ ਕੱਪੜੇ, ਮੈਨੂੰ ਤੇਰੇ ਕੱਪੜਿਆਂ ਦਾ ਪਤਾ ਆ, ਦੰਦ ਜਿਹੇ ਕੱਢੇ ਜਿਹੜੇ ਵੱਡੇ ਵੱਡੇ ਜਿਹੇ ਕੱਢੀ ਜਾਂਦੇ ਨਾ ਦੰਦ ਜਿਹੇ, ਮੈਨੂੰ ਇਹਦੇ ਕੱਪੜੇ ਦਾ ਪਤਾ ਨੀ ਪਹਿਲਾਂ। ਚੱਲ ਉਹ ਛੱਡ ਕੋਈ ਨੀ, ਤੂੰ ਸਤਵੀਰ ਦੀ ਟੀ ਸ਼ਰਟ ਪਾ ਲਾ ਤੂੰ। ਹਾਂ ਤੈਨੂੰ ਕਿਤੇ ਬਹੁਤ ਸ਼ਿਮਲੇ ਤੋਂ ਆਈ ਆ ਤੂੰ। ਹਾਂ ਬਹੁਤ ਕਿਤੇ ਸੀ, ਤੂੰ ਮੇਰੀ ਗੱਲ ਦਾ ਜਵਾਬ ਨੀ ਦਿੰਦੀ ਬਈ।
ਤੂੰ ਰੁੱਸ ਗਈ? ਮੈਂ ਰੁੱਸੀ ਨਹੀਂ ਹੈਗੀ, ਬਾਹਰ ਇਹਨੂੰ ਬੰਦ ਕਰ ਦੇਣਾ। ਚੱਲ ਦੱਸ, ਕੁਛ ਨਹੀਂ, ਕੱਟ ਦੂੰਗਾ ਮੈਂ, ਉਹ ਕੱਟ ਦੂੰਗਾ। ਬਾਹਰ ਵਿਹੜੇ 'ਚ ਹੁੰਦੇ ਤੂੰ 100 ਵਾਰੀ ਕਰਦਾ, ਤੇਰੇ 2 ਘੰਟੇ ਲਾ ਕੇ ਮੈਂ ਸਫਾਈ ਨੂੰ ਲਾਈ, ਕੱਲ ਚਾਦਰਾਂ ਬਦਲੀਆਂ। ਯਾਰ ਕਰਦਾ ਦਿੱਤੀ ਸਾਰੀ ਸਫਾਈ, ਦੇਖ ਮੈਂ ਕਮਰੇ 'ਚ ਪੋਚਾ ਮਾਰ ਕੇ ਗਿਆ, ਦੇਖੋ ਸਾਰਾ ਏ ਟੂ ਜ਼ੈਡ ਆ, ਦੇਖੋ ਲੌਬੀ 'ਚ ਘੁੰਮ, ਲੌਬੀ 'ਚ ਘੁੰਮ, ਦੇਖ ਜਰਾ ਕਿੱਦਾਂ ਗੰਦ ਪਿਆ। ਓਏ ਹੋ ਜਾਊਗਾ ਸਾਫ, ਰਸੋਈ 'ਚ ਆਪਾਂ ਨਹੀਂ ਗਏ ਭਾਈ, ਰਸੋਈ 'ਚ ਨਹੀਂ ਮੈਂ ਗਿਆ, ਬਾਥਰੂਮ ਤਾਂ ਸਾਰਾ ਧੋਣਾ ਪਿਆ। ਅਸਲ ਦੇ ਵਿੱਚ ਨਾ ਸਾਡੇ ਆਂਟੀ ਜੀ ਜਿਹੜੇ ਕੰਮ ਕਰਦੇ ਆ ਉਹ ਢਿੱਲੇ ਆ, ਤੇ ਉਹਨਾਂ ਚਿਰ ਨੇ ਇਹਨੂੰ ਮੈਂ 500 ਰੁਪਏ 'ਚ ਰੱਖਿਆ, ਉਹ ਛੁੱਟੀ ਦੇ ਆ। ਅੱਜ ਦਾ ਜਿਹੜਾ ਸਲੋਗਨ ਆ ਉਹ ਇਹ ਆ ਵੀ ਮੰਮੀ ਪਿੱਛੋਂ ਲੱਤ ਮਾਰੀ ਜਾਂਦੇ ਆ, ਮੰਮੀ ਨੇ ਪਿੱਛੋਂ ਲੱਤ ਮਾਰੀ ਮੇਰੇ, ਕਿਆ ਗੱਲ ਆ, ਮੈਂ ਅਲੇ ਆਈ ਜਰਾ ਟਿੱਕਾ ਜਿਹਾ ਲਾਵਾਂ, ਲੱਤ ਕਹਿੰਦੇ ਮਾਰੀ ਏਦਾਂ ਮਾਰੀ ਆ, ਦੇ ਦੇ ਹੁਣ ਮਾਰ ਕੇ ਦਿਖਾਓ, ਫੋਨ ਕਰ ਹੈਲੋ, ਹਾਏ ਮੈਂ ਜ਼ੋਰ ਨਾ ਪਈ, ਜ਼ੋਰ ਨਾ ਪਈ ਜਾ, ਇਹ ਜ਼ੋਰ ਨਾ ਪਈ, ਮੈਂ ਅਲਿਆ ਹੀ ਮਾੜਾ ਜਿਹਾ ਰੰਗ ਹੁਣੇ ਦੱਸਾਂ ਮੈਂ, ਹੁਣੇ ਮੋਹਰੇ ਮੋਹਰੇ ਭਜਾ ਲੈਣੇ ਆਪਾਂ ਫਿਰ। ਅੱਜ ਦਾ ਸਲੋਗਨ ਇਹ ਹੈ ਹੋਲੀ ਹੈ ਬੁਰਾ ਨਾ ਮਨਾਓ, ਇੱਦਾਂ ਹੁੰਦੀ ਹੈ, ਬੁਰਾ ਨਾ ਮਨਾਓ ਹੋਲੀ ਹੈ, ਉਹ ਤੇਰੀ ਪੁੱਟ ਹੋ ਗਈ, ਬੁਰਾ ਨਾ ਮਨਾਓ, ਅੱਜ ਹੋਲੀ ਹੈ, ਅੱਜ ਹੈ ਨਹੀਂ ਗੀ ਹੋਲੀ, ਕਿੰਨੇ ਦਿਨ ਹੋ ਗਏ ਟੱਪੀ ਨੂੰ, ਹੈਂ 5-7 ਦਿਨ ਹੋ ਗਏ ਹੋਲੀ ਟੱਪੀ, ਤੇ ਅੱਜ 30 ਤਰੀਕ ਆ, 5-7 ਦਿਨ ਹੋ ਗਏ ਆ, ਤੇ ਬੁਰਾ ਨਾ ਮਨਾਓ ਅੱਜ ਹੋਲੀ ਹੈ। ਇੱਥੇ ਵਲੌਗ ਨੂੰ ਆਪਾਂ ਸਮਾਪਤ ਕਰਦੇ ਹਾਂ, ਇਹ ਜਿਹੜੀਆਂ ਗਾਲਾਂ ਪਈਆਂ ਇਹ 4-5 ਮਹੀਨੇ ਆਪਾਂ ਤਰਸੇ ਹਾਂ ਗਾਲਾਂ ਸੁਣਨ ਨੂੰ, ਮੰਮੀ ਦਾ ਰੌਲਾ ਸੁਣਨ ਨੂੰ, ਤੇ ਕੋਈ ਨਹੀਂ ਅੱਜ ਇਕੱਠੀਆਂ ਕੱਢ ਲਈਆਂ, ਨਾਲ ਤੁਸੀਂ ਵੀ ਸੁਣ ਲਈਆਂ ਆ, ਤੇ ਤੁਸੀਂ ਵੀ ਆਪਣੀ ਮਾਮਾ ਤੋਂ ਡਰ ਕੇ ਰਿਹਾ ਕਰੋ, ਤੇ ਜਿਹੜੀ ਆ ਇਹਦਾ ਕੰਮ ਵਾਲੀ ਦਾ ਇਹਦਾ ਕੋਈ ਭਰੋਸਾ ਨਹੀਂ ਹੈ, ਇਹਨੇ ਸਵੇਰ ਤੋਂ ਫਿਰ ਇਹਨੇ ਕੰਮ ਸ਼ੁਰੂ ਕਰ ਦੇਣਾ ਆਪਣਾ, ਚਿੱਤ ਲਾ ਕੇ ਕਰਨਾ। ਅੱਛਾ ਦੇਖੋ ਕਿੰਨੇ ਮਹਿੰਗੇ ਸਾਡੇ ਕੰਮ ਵਾਲੇ, ਕਿੰਨੇ ਮਹਿੰਗੇ ਆ, ਕਿੱਟ ਲਿਆ ਕੇ ਨਾ ਪੂਰੀ ਨੌਂ ਰਗੜਨ ਲੱਗੇ ਹੋ, ਇੰਨੀ ਮਹਿੰਗੀ ਕੰਮ ਵਾਲੀ ਦੇਖੀ ਤੁਸੀਂ ਕਦੀ, ਆਹ ਦੇਖੋ ਚੰਗੀ ਤਰ੍ਹਾਂ ਰਗੜੇ ਇਹਨਾਂ ਵਿੱਚੋਂ ਮੈਲ ਕੱਢ। ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ, ਚੰਗੀ ਲੱਗੀ ਹੋਊਗੀ ਤਾਂ ਸ਼ੇਅਰ ਕਰ ਦਿਓ, ਕਮੈਂਟ ਜ਼ਰੂਰ ਕਰਿਓ।